जनहितेशी टीआरपी नहीं भरोसा आपका। ਅੱਜ ਸਾਡੇ ਸਕੂਲ ਦੇ ਵਿੱਚ 73ਵਾਂ ਰਾਜ ਪੱਧਰੀ ਬੰਨ ਉਤਸਵ ਦਾ ਪ੍ਰੋਗਰਾਮ ਜਿਹੜਾ ਹੈਗਾ ਗਵਰਮੈਂਟ ਕੋਐਡ ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਮਨਾਇਆ ਗਿਆ। ਇਹ ਜਿਹੜਾ ਪ੍ਰੋਗਰਾਮ ਉਹ ਲਿਖਿਆ ਗਿਆ ਸੀਗਾ ਸਾਡੇ DFO ਮੈਡਮ ਵਿਦਿਆ ਸਾਗਰੀ ਜੀ ਵੱਲੋਂ ਉਹ ਲਿਖਿਆ ਗਿਆ ਸੀਗਾ ਅਤੇ ਇਸਦੇ ਵਿੱਚ ਜਿਹੜੇ ਮੁੱਖ ਮਹਿਮਾਨ ਸੀਗੇ ਸਾਡੇ DC ਸਾਹਿਬ ਸੋਕਤ ਅਹਿਮਦ ਪਰੇ ਜੀ ਜਿਹੜੇ ਸੀਗੇ ਮੁੱਖ ਮਹਿਮਾਨ ਦੇ ਤੌਰ 'ਤੇ ਉਹਨਾਂ ਨੇ ਹਿੱਸਾ ਜਿਹੜਾ ਹੈਗਾ ਇਸ ਦੇ ਵਿੱਚ ਲਿੱਤਾ ਅਤੇ ਇਹ ਇਸ ਰਾਜ ਪੱਧਰੀ ਪ੍ਰੋਗਰਾਮ ਦੇ ਵਿੱਚ 20 ਤੋਂ ਵੱਧ ਪੌਦੇ ਜਿਹੜੇ ਹੈਗੇ ਹੈ ਉਹ ਲਗਾਏ ਗਏ। ਅਤੇ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਸਾਡੇ ਸਕੂਲ ਦੇ ਵਿੱਚ ਪੌਦਾ ਰੋਪਣ ਦੀ ਜਿਹੜਾ ਪ੍ਰੋਗਰਾਮ ਹੈਗਾ ਇਹ ਪਹਿਲਾਂ ਵੀ ਉਲੀਕਿਆ ਜਾ ਰਿਹਾ। DC ਸਾਹਿਬ ਨੇ ਆ ਕੇ ਇਸ ਪ੍ਰੋਗਰਾਮ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਸੀਗੀ। ਫਿਰ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੰਜੀਵ ਸ਼ਰਮਾ ਜੀ ਉਹਨਾਂ ਨੇ ਵੀ ਆ ਕੇ ਇਹ ਪੌਦੇ ਰੋਪਣ ਦੀ ਜਿਹੜੀ ਮੁਹਿੰਮ ਹੈ ਉਸ ਦੇ ਵਿੱਚ ਹਿੱਸਾ ਜਿਹੜਾ ਹੈਗਾ ਆਪਣਾ ਯੋਗਦਾਨ ਜਿਹੜਾ ਹੈਗਾ ਉਹ ਪਾਇਆ ਸੀਗਾ। ਅਤੇ ਮੇਰੇ ਸਟਾਫ ਮੈਂਬਰਸ ਨੇ ਵੀ ਕਿਸੇ ਨੇ ਆਪਣੇ ਬੱਚੇ ਦੇ ਨਾਮ 'ਤੇ, ਕਿਸੇ ਨੇ ਆਪਣੇ ਮਿਸਿਸ ਦੇ ਨਾਮ 'ਤੇ ਜਾਂ ਕਿਸੇ ਨੇ ਆਪਣੇ ਨਾਮ ਦੇ ਉੱਤੇ ਇਹ ਮੁਹਿੰਮ ਜਿਹੜੀ ਹੈ ਬੰਨ ਉਤਸਵ ਵਾਲੀ ਜਿਹੜੀ ਹੈਗੀ ਹੈ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਇਹ ਸਾਡੇ ਸਕੂਲ ਦੇ ਵਿੱਚ ਪਹਿਲੇ ਤੌਰ ਤੋਂ ਹੀ ਮਨਾਇਆ ਜਾ ਰਿਹਾ ਹੈਗਾ। ਅਤੇ ਉਹ ਵੀ ਸਾਡੇ ਸਟਾਫ ਵੱਲੋਂ ਮੁਹਿੰਮ ਸ਼ੁਰੂ ਪਹਿਲਾਂ ਤੋਂ ਹੀ ਕੀਤੀ ਗਈ ਹੈ। ਅਤੇ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ 250 ਬੂਟਾ ਜਿਹੜਾ ਹੈਗਾ ਵਿਦਿਆਰਥੀਆਂ ਨੂੰ ਵੰਡਿਆ ਗਿਆ ਹੈਗਾ ਅਤੇ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਗਈ ਹੈ, ਚਾਹੇ ਉਹ ਸਕੂਲ ਦੇ ਵਿੱਚ ਲਗਾ ਲੈਣ, ਚਾਹੇ ਉਹਨਾਂ ਨੂੰ ਕਿਹਾ ਗਿਆ ਹੈਗਾ ਘਰਾਂ ਦੇ ਵਿੱਚ ਲਗਾ ਲੈਣ, ਔਰ ਉਸਦੀ ਪੈਰਵੀ ਵੀ ਕੀਤੀ ਜਾਂਦੀ ਹੈ। ਅਤੇ ਵਟਸਐਪ ਗਰੁੱਪ ਜਿਹੜਾ ਹੈਗਾ ਪਲਾਂਟੇਸ਼ਨ ਦੇ ਸੰਬੰਧ ਦੇ ਵਿੱਚ ਬਣਾਇਆ ਗਿਆ, ਜਿਸ ਦੇ ਵਿੱਚ ਜਦੋਂ ਪੌਦਾ ਪਨਪਦਾ ਤਾਂ ਸਮੇਂ ਸਮੇਂ 'ਤੇ ਉਸਦੀ ਅਗਵਾਈ ਜਿਹੜੀ ਹੈਗੀ ਹੈ ਸਾਡੇ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਹੈ। ਬੱਚੇ ਵੀਡੀਓ ਬਣਾ ਕੇ ਭੇਜਦੇ ਹੈ ਕਿ ਅੱਜ ਜਿਹੜਾ ਹੈਗਾ ਪੌਦੇ ਦੀਆਂ ਕਲੀਆਂ ਜਿਹੜੀਆਂ ਹੈਗੀਆਂ ਇੰਨੀਆਂ ਖਿਲ ਚੁੱਕੀਆਂ ਹੈਗੀਆਂ, ਤੁਸੀਂ ਸਾਡੇ ਸਾਈਕਲ ਸਟੈਂਡ ਦੇ ਵੱਲ ਜਾ ਕੇ ਇਹ ਚੀਜ਼ ਦੇਖ ਸਕਦੇ ਹੋ। ਅਤੇ ਸਾਡੇ ਜਿਹੜੇ ਈਕੋ ਕਲੱਬ ਦੇ ਮੇਨ ਇੰਚਾਰਜ ਸ਼੍ਰੀ ਜਤਿੰਦਰਪਾਲ ਜੀ ਹੈਗੇ ਹੈ, ਇਹਨਾਂ ਨੂੰ ਲਗਾਇਆ ਗਿਆ ਹੈਗਾ। ਇਹਨਾਂ ਨੇ ਵੱਧ ਚੜ੍ਹ ਕੇ ਇਸ ਦੇ ਵਿੱਚ ਦੂਸਰੇ ਅਧਿਆਪਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਲਈ ਮੋਟੀਵੇਟ ਕੀਤਾ ਤਾਂ ਜੋ ਇਹ ਜਿਹੜਾ ਪ੍ਰੋਗਰਾਮ ਹੈਗਾ ਇਸ ਨੂੰ ਅੱਗੇ ਵੱਲ ਵਧਾਇਆ ਜਾ ਸਕੇ। ਮੈਂ ਤਾਂ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੇਖ ਰਹੀ ਹਾਂ ਜੀ। ਮੈਂ ਇਹ ਮੰਨ ਕੇ ਚੱਲਦੀ ਹਾਂ ਕਿ ਜੇਕਰ ਮੇਰਾ ਸਕੂਲ ਚੁਣਿਆ ਗਿਆ ਹੈਗਾ ਤਾਂ ਮੇਰੇ ਸਕੂਲ ਦੇ ਵਿੱਚ ਕੋਈ ਖਾਸੀਅਤ ਹੈਗੀ ਹੈ, ਕੋਈ ਖਾਸ ਗੱਲ ਹੈਗੀ ਹੈ। ਜਿਹੜਾ ਮੇਰਾ ਸਕੂਲ ਜਿਹੜਾ ਹੈਗਾ ਇੱਕਦਮ ਮੈਨੂੰ ਜਦੋਂ ਸਵੇਰੇ ਪ੍ਰੋਗਰਾਮ ਦੇ ਬਾਰੇ ਵਿੱਚ ਫੋਨ ਆਇਆ ਤਾਂ ਮੇਰੇ ਜਿਹੜੇ ਪੈਰ ਹੈਗੇ ਉਹ ਜ਼ਮੀਨ ਦੇ ਉੱਤੇ ਨਹੀਂ ਲੱਗ ਰਹੇ ਸੀਗੇ। ਮੈਨੂੰ ਇੰਨਾ ਕੁ ਜ਼ਰੂਰ ਪਤਾ ਹੈਗਾ ਕਿ ਮੇਰਾ ਸਟਾਫ ਨੂੰ ਇੱਕ ਵਾਰ ਜੇ ਦੱਸ ਦਿੱਤਾ ਜਾਵੇ ਵੀ ਆਪਣਾ ਸਕੂਲ ਇਸ ਐਕਟੀਵਿਟੀ ਦੇ ਸੰਬੰਧ ਦੇ ਵਿੱਚ ਚੁਣਿਆ ਗਿਆ ਹੈਗਾ ਤਾਂ ਮੇਰਾ ਸਕੂਲ ਦੇ ਜਿਹੜੇ ਮੇਰੇ ਅਧਿਆਪਕ ਸਾਥੀ ਹੈਗੇ ਆ, ਮੇਰੇ ਆਪਣੇ ਸਾਥੀ, ਉਹ ਭੱਬਿਆ ਭਾਰ ਹੋ ਜਾਂਦੇ ਹੈਗੇ ਆ ਕਿ ਉਹ ਵੱਧ ਚੜ੍ਹ ਕੇ ਮੇਰੇ ਤੋਂ ਵੱਧ ਅੱਗੇ ਵੱਲ ਹੋ ਕੇ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੰਦੇ। ਅੱਜ ਨਿੰਮ ਦਾ
ਨਿੰਮ ਦੇ ਬੂਟੇ ਜਿਹੜੇ ਹੈਗੇ ਆ ਲਗਾਏ ਗਏ ਆ, ਜਾਮਨ ਦੇ ਲਗਾਏ ਗਏ ਹੈਗੇ ਆ, ਅਤੇ ਹੋਰ ਵੀ ਕਈ ਤਰ੍ਹਾਂ ਦੇ ਫਲਦਾਰ ਜਿਸ ਤਰ੍ਹਾਂ ਬੂਟੇ ਹੈਗੇ ਆ ਉਹ ਲਗਾਏ ਗਏ ਹੈਗੇ ਆ। ਅਤੇ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਦੱਸਾਂਗੀ ਮੈਡਮ, ਜਿਹੜੇ DFO ਹੈਗੇ ਆ ਵਿਦਿਆਸਾਗਰੀ ਮੈਡਮ, ਉਹਨਾਂ ਨੇ ਇਹ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਜਿਹੜਾ ਮਾਣ ਇੱਜ਼ਤ ਕੀਤੀ ਹੈਗੀ ਹੈ, ਉਹ ਪੌਦਿਆਂ ਦੇ ਰਾਹੀਂ ਹੀ ਉਹਨਾਂ ਨੂੰ ਬੂਟੇ ਦੇ ਕੇ ਹੀ ਉਹਨਾਂ ਦਾ ਸਨਮਾਨ ਜਿਹੜਾ ਹੈਗਾ ਉਹਨਾਂ ਦੁਆਰਾ ਕੀਤਾ ਗਿਆ ਹੈ। ਅੱਜ ਪੂਰੇ ਪੰਜਾਬ ਭਰ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜਾ ਹੈਗਾ ਵਨ ਮਹੋਤਸਵ ਦਿਵਸ ਦਾ ਜਿਹੜਾ ਹੈਗਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਅਤੇ ਇਹਦੇ ਵਿੱਚ ਪੂਰੇ ਪੰਜਾਬ ਭਰ ਵਿੱਚ ਬੂਟੇ ਜਿਹੜੇ ਹੈਗੇ ਆ ਉਹ ਲਾਏ ਜਾਣਗੇ। ਅਤੇ ਇੱਥੇ ਪਟਿਆਲਾ ਜ਼ਿਲ੍ਹੇ ਵਿੱਚ ਸਾਨੂੰ 1,500,000 ਬੂਟੇ ਦਾ ਟੀਚਾ ਮਿਲਿਆ ਸੀਗਾ, ਉਹਦੇ ਵਿੱਚੋਂ ਆਪਾਂ ਲਗਭਗ 75% ਜਿਹੜਾ ਹੈਗਾ ਉਹ ਪੂਰਾ ਕਰ ਚੁੱਕੇ ਹਾਂ। ਤਾਂ ਪਰ ਆਪਣਾ ਇਹ ਵੀ ਹੈ ਕਿ 1,500,000 'ਤੇ ਹੀ ਨਹੀਂ ਰੁਕਣਾ ਹੈ, ਜਿੰਨੇ ਵੀ ਹੋਰ NGOs ਨੇ ਜਾਂ ਕੋਈ ਵੀ ਹੋਰ ਵਿਅਕਤੀ ਹੈ ਜਿਹੜਾ ਕੋਈ ਬੂਟਾ ਲਾਉਣਾ ਚਾਹੁੰਦਾ ਹੈ, ਉਹ ਆਪਣੀ ਜਿੰਨੀ ਵੀ ਨਰਸਰੀਜ਼ ਨੇ, ਭਾਵੇਂ ਉਹ ਨਰੇਗਾ ਦੇ ਅਧੀਨ ਬਣੀ ਹੋ, ਭਾਵੇਂ ਉਹ DFO ਮੈਡਮ ਦੇ ਅਧੀਨ ਹੋ, ਉੱਥੇ ਜਾ ਕੇ ਜ਼ਰੂਰ ਉਹ ਬੂਟੇ ਕਲੈਕਟ ਕਰ ਸਕਦੇ ਨੇ ਅਤੇ ਬੂਟੇ ਜ਼ਰੂਰ ਲਾਓ। ਇਹ ਵਾਤਾਵਰਨ ਜਿਹੜਾ ਹੈਗਾ ਇਹ ਸਭ ਦਾ ਇੱਕ ਸਾਂਝਾ ਜਿਹੜਾ ਮਿਰਾਸ ਹੈਗੀ ਹੈ, ਇਹ ਸਾਂਝੀ ਮਿਰਾਸ ਹੈਗੀ ਹੈ, ਅਤੇ ਇਹਨੂੰ ਆਪਾਂ ਸਭ ਨੂੰ ਮਿਲ ਕੇ ਹੀ ਬਚਾਉਣਾ ਚਾਹੀਦਾ ਹੈਗਾ। ਅਤੇ ਮੈਂ ਉਮੀਦ ਇਹੀ ਕਰਾਂਗਾ ਕਿ CM ਸਾਹਿਬ ਨੇ ਜਿਹੜਾ ਸੁਨੇਹਾ ਦਿੱਤਾ ਹੈਗਾ ਅਤੇ ਹੁਣ ਪੰਜਾਬ ਦੇ ਜਿੰਨੇ ਵੀ ਵਾਸੀ ਹੈ ਉਸ ਸੁਨੇਹੇ ਨੂੰ ਸੁਣ ਕੇ ਉਹਦੇ ਨਾਲ ਜੁੜ ਕੇ ਇਹ ਮੈਸੇਜ ਜਿਹੜਾ ਹੈਗਾ ਪਿੰਡ ਘਰ ਹਰ ਇੱਕ ਵਿਅਕਤੀ ਤੱਕ ਪਹੁੰਚਾਉਣਗੇ ਕਿ ਵਾਤਾਵਰਨ ਦੇ ਵਾਸਤੇ ਘੱਟੋ ਘੱਟ ਹਰ ਇੱਕ ਵਿਅਕਤੀ ਇੱਕ ਪੇੜ ਇੱਕ ਬੂਟਾ ਜ਼ਰੂਰ ਲਾਏ। ਦੇਖੇ ਜਿਹੜੇ ਆਪਣੇ ਮੋਸਟਲੀ ਜਿਹੜੇ ਆਪਾਂ ਬੂਟੇ ਲਾ ਰਹੇ ਹਾਂ, ਭਾਵੇਂ ਉਹ ਡਿਪਾਰਟਮੈਂਟਸ ਦੇ ਥਰੂ ਹੋਣ, ਜਿੱਥੇ ਤਾਂ ਕੋਈ NGO ਲਾ ਰਹੀ ਹੈ ਤਾਂ ਉਹ ਤੋਂ ਖੁਦ ਸਾਮਨ ਦਾ ਉਹ ਜ਼ਿੰਮੇਵਾਰੀ ਲੈ ਰਹੀ ਹੈ, ਪਰ ਜਿੱਥੇ ਆਪਾਂ ਬਾਕੀ ਲਾ ਰਹੇ ਹਾਂ ਉਹ ਨਰੇਗਾ ਦੇ ਅਧੀਨ ਲਾ ਰਹੇ ਹਾਂ। ਅਤੇ ਨਰੇਗਾ ਵਿੱਚ ਪ੍ਰਾਵਧਾਨ ਹੈ ਕਿ ਹਰ 200 ਬੂਟੇ ਦੇ ਉੱਪਰ ਜਿਹੜਾ ਹੈਗਾ ਆਪਾਂ ਇੱਕ ਵਨ ਮਿੱਤਰ ਰੱਖ ਸਕਦੇ ਹਾਂ, ਜੋ ਉਹਨਾਂ ਨੂੰ ਜਿਹਦੀ ਜ਼ਿੰਮੇਵਾਰੀ ਹੈਗੀ ਹੈ ਉਹਨੂੰ ਸਾਂਭੇਗਾ, ਅਤੇ 90% ਜਿਹੜੀ ਹੈਗੀ ਹੈ ਉਹਦੀ ਇਨਸ਼ੋਰ ਕਰੇਗਾ ਕਿ ਉਹ ਜਿਉਂਦੇ ਹੋਣ, ਅਤੇ ਜੇ ਕੋਈ ਲੋੜ ਪੈਂਦੀ ਹੈ ਕਿ ਉਹਨੂੰ ਰਿਪਲੇਸ ਕਰਨਾ ਪਵੇ ਤਾਂ ਉਹ ਰਿਪਲੇਸਮੈਂਟ ਵੀ ਕਰੇ। ਤਾਂ ਆਪਾਂ ਉਮੀਦ ਇਹੀ ਕਰਾਂਗੇ ਕਿ ਇਸ ਵਾਰ ਜਿਹੜਾ ਆਪਾਂ ਬੂਟੇ ਲਾ ਰਹੇ ਹਾਂ ਇਹ ਆਪਾਂ ਇਨਸ਼ੋਰ ਕਰਾਂਗੇ ਕਿ ਇਹ ਵੱਡੇ ਵੀ ਹੋਣ ਅਤੇ ਇਹ ਸਮਾਜ ਦੇ ਲਈ ਲਾਹੇਵੰਦ ਵੀ ਹੋਣ। ਅਕਸਰ ਦੇਖਿਆ ਜਾਂਦਾ ਸਰ ਬੂਟੇ ਵੀ ਲੱਗ ਰਹੇ ਕਈ ਜਗ੍ਹਾ 'ਤੇ, ਨਾ ਬੂਟੇ ਇੱਦਾਂ ਵੀ ਪਰਵਾਹ ਨਾ ਕਿ ਜੋ ਉਹਨੂੰ ਪੱਟ ਕੇ ਕਿਤੇ ਹੋਰ ਵੀ ਲਾਇਆ ਜਾਣ ਵੱਡੇ ਵੱਡੇ ਜਾ ਰਹੇ। ਦੇਖੋ ਇਹ ਦੋਨੋਂ ਚੀਜ਼ਾਂ ਹੁੰਦੀਆਂ ਨੇ ਕਿ ਕਿਤੇ ਜਿਹੜਾ ਹੈਗਾ ਦੋ ਐਲੀਮੈਂਟਸ ਹੈ, ਇੱਕ ਹੈਗਾ ਇਨਵਾਇਰਮੈਂਟ, ਇੱਕ ਹੈਗਾ ਕਿ ਉਹਦੇ ਫਾਈਨੈਂਸ਼ੀਅਲ ਖਰਚਾ ਕਿੰਨਾ ਆਉਣਾ ਹੈ। ਜੇ ਉਸੀ ਖਰਚੇ ਵਿੱਚ ਮਤਲਬ ਉਸ ਤੋਂ ਘੱਟ ਖਰਚੇ ਵਿੱਚ ਆਪਾਂ ਇਸ ਤੋਂ ਬੈਟਰ ਕਰ ਸਕਦੇ ਹਾਂ ਤਾਂ ਉਸ ਵੇਲੇ ਫਿਰ ਆਪਾਂ ਉਹ ਵਾਲਾ ਆਪਸ਼ਨ ਲੈਂਦੇ ਹਾਂ। ਜੇ ਸਾਨੂੰ ਇਹ ਲੱਗਦਾ ਕਿ ਨਹੀਂ ਇਹ ਵਾਲਾ ਆਪਸ਼ਨ ਜਿਹੜਾ ਹੈਗਾ ਇਸ ਤੋਂ ਭਰਪਾਈ ਨਹੀਂ ਹੋਏਗੀ, ਉਹਦੇ ਵਾਸਤੇ NGT ਜਿਹੜੇ ਆਪਣੇ ਇਨਵਾਇਰਮੈਂਟ ਐਕਸਪਰਟਸ ਹੈਗੇ ਆ ਉਹਨਾਂ ਦੀ ਗਾਈਡਲਾਈਨਸ ਨੇ ਕਿ ਕਿੰਨਾ ਤੁਹਾਨੂੰ ਪੂਰਾ ਕਰਨਾ ਪਵੇਗਾ। ਅਤੇ ਜੇ ਆਪਾਂ ਉਨੀ ਜ਼ਮੀਨ ਵਿੱਚ ਉਨੇ ਬੂਟੇ ਲਾ ਰਹੇ ਹਾਂ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਇਸਮੇ ਕੋਈ ਇਤਰਾਜ਼ ਹੋਣਾ ਚਾਹੀਦਾ। ਪਰ ਆਪਾਂ ਕੋਸ਼ਿਸ਼ ਜ਼ਰੂਰ ਇਹ ਕਰਦੇ ਹਾਂ ਕਿ ਪਹਿਲਾਂ ਬੂਟੇ ਨੂੰ ਬਚਾਇਆ ਜਾਵੇ। ਪਰ ਜਿੱਦਾਂ ਟ੍ਰਾਂਸਪਲਾਂਟੇਸ਼ਨ ਦੀ ਤੁਸੀਂ ਗੱਲ ਕਹੋ, ਬਹੁਤ ਕੋਸਟਲੀ ਅਫੇਅਰ ਹੈ, ਬਹੁਤ ਉਹਦੇ ਵਿੱਚ ਪੈਸਾ ਲੱਗਦਾ ਹੈ। ਅਤੇ ਜੇ ਆਪਾਂ ਉਸ ਤੋਂ ਘੱਟ ਪੈਸੇ ਵਿੱਚ ਵੀ ਉਸ ਤੋਂ ਬਿਹਤਰ ਕਰ ਸਕਦੇ ਹਾਂ ਤਾਂ ਸਾਨੂੰ ਉਹਦੇ 'ਤੇ ਵੀ ਜਿਹੜਾ ਹੈਗਾ ਉਹ ਕੋਸ਼ਿਸ਼ ਕਰਨੀ ਚਾਹੀਦੀ।